ਜਾਂ ਨਿਊਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਸੀ ਐਮ ਸੀ ਡੀ ਪਟਿਆਲਾ ਸ਼ਹਿਰ, ਜਿੱਥੇ ਕਿ ਪੈਂਦੀ ਕਲੋਨੀ ਜਗਦੀਸ਼ ਕਲੋਨੀ ਵਿੱਚ ਇੱਕ ਪੂਨਮ ਰਾਣੀ ਨਾਮ ਦੱਸਿਆ ਜਾ ਰਿਹਾ ਹੈ ਲੇਡੀਜ਼, ਜਿਸ ਕੇ ਨਾਲ ਹੀ ਬਹੁਤ ਹੀ ਦੁਰਵਿਵਹਾਰ ਕੀਤਾ ਗਿਆ ਉਹਨਾਂ ਦੇ ਸਹੁਰਿਆਂ ਵੱਲੋਂ। ਅਤੇ ਇੱਕ ਪਾਸੇ ਸਰਕਾਰਾਂ ਗੁਹਾਈਆਂ ਲਾ ਰਹੀਆਂ ਬੇਟੀ ਬਚਾਓ ਬੇਟੀ ਪੜ੍ਹਾਓ, ਉੱਥੇ ਹੀ ਦੂਸਰੇ ਪਾਸੇ ਸਾਨੂੰ ਇਹੋ ਜਿਹੇ ਦੂਸਰੇ ਦਿਨ ਕੇਸ ਦੇਖਣ ਨੂੰ ਮਿਲ ਜਾਂਦੇ ਆ। ਅਤੇ ਅਸੀਂ ਆਏ ਵੇ ਉਹਨਾਂ ਦੇ ਹਸਬੈਂਡ ਨਾਲ ਵੀ ਗੱਲ ਕਰਦੇ ਹਾਂ ਵੀ ਹਾਂਜੀ ਸਰ ਐਸਾ ਕੀ ਹੋਇਆ ਵੀ ਮਤਲਬ ਤੁਹਾਨੂੰ ਆਪਣੇ ਘਰਦਿਆਂ ਦੇ ਅੰਗੇਜਡ ਹੋਣਾ ਪੈ ਗਿਆ। ਸਤਿ ਸ਼੍ਰੀ ਅਕਾਲ ਜੀ, ਮਾਈ ਸੈਲਫ ਲਵੀਸ਼ ਅਬਰਾਇਨ। ਸਤਿ ਸ਼੍ਰੀ ਅਕਾਲ ਜੀ, ਮੈਂ ਪੂਨਮ ਰਾਣੀ ਦਾ ਹਸਬੈਂਡ ਹਾਂ ਜੀ। ਹਾਂਜੀ ਜੀ, ਉਹ ਗੱਲ ਇੱਦਾਂ ਹੈ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਮੇਰੇ ਫਸਟ ਮਦਰ ਸੀਗੇ ਜੀ ਉਰਮਿਲਾ ਦੇਵੀ, ਠੀਕ ਹੈ ਜੀ। ਉਹਨਾਂ ਦੇ ਵਿਲ ਦੇ ਅਕੋਰਡਿੰਗ ਉਹਨਾਂ ਦਾ ਜਿੰਨੀ ਵੀ ਪ੍ਰੋਪਰਟੀ ਹੈ ਪੈਸਾ ਸੀਗਾ ਉਹਦੇ 'ਚ ਮੈਂ ਅਤੇ ਮੇਰੇ ਫਾਦਰ ਬਰਾਬਰ ਦੇ ਹੱਕਦਾਰ ਸੀਗੇ, ਲੇਕਿਨ ਮੇਰੇ ਫਾਦਰ ਨੇ ਮੈਨੂੰ ਭਰੋਸੇ 'ਚ ਲੈ ਕੇ ਗਲਤ ਕਾਗਜ਼ ਮੇਰੇ ਤੋਂ ਸਾਈਨ ਕਰਾ ਲਏ, ਜਿਸ ਉਹਨਾਂ ਨੇ ਲਿਖਵਾ ਲਿਆ ਵੀ ਮੈਨੂੰ ਆਪਣੇ ਉਸਨੇ ਪ੍ਰੋਪਰਟੀ 'ਚ ਕੁਝ ਨਹੀਂ ਚਾਹੀਦਾ। ਠੀਕ ਹੈ, ਫਿਰ ਜਦੋਂ ਮੈਂ ਇਸ ਚੀਜ਼ ਦਾ ਵਿਰੋਧ ਕਰਿਆ ਜੀ ਤਾਂ ਮੇਰੇ ਫਾਦਰ ਨੇ ਮੈਨੂੰ ਆਪਣਾ ਪ੍ਰੋਪਰਟੀ 'ਚ ਬੇਦਖਲ ਕਰਨ ਦੀ ਕਰਿਆ ਜੀ। ਅੱਛਾ ਜੀ, ਹੈਲੋ। ਅਤੇ ਜਦੋਂ ਮੈਂ ਆਪਣਾ ਕਰਿਆ ਅਤੇ ਮੈਂ ਆਪਣਾ ਇਹਦੇ ਇਤਲਾਕ ਪਟਿਆਲੇ ਜਿਹੜੇ ਕੁਤਵਾਲੀ ਹੈ ਉੱਥੇ ਇੰਟੀਮੇਟ ਕੀਤਾ ਵੀ ਮੇਰੇ ਨਾਲ ਐਵੇਂ ਧੱਕਾ ਹੋ ਰਿਹਾ, ਬਟ ਉੱਥੇ ਦਾ ਸਾਡਾ ਕੇਸ ਕੋਈ ਲਾਡੀ ਜੀ ਨੇ ਉਹਨਾਂ ਨੂੰ ਦਿੱਤਾ ਗਿਆ ਸੀਗਾ, ਬਟ ਉਹਨਾਂ ਨੇ ਉਸ ਟਾਈਮ ਵੀ ਸਾਡੇ ਕੇਸ ਦੇ ਉੱਤੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ, ਉੱਥੇ ਵੀ ਸਾਡੇ ਨਾਲ ਧੱਕਾ ਹੋਇਆ ਜੀ। ਉਸ ਤੋਂ ਬਾਅਦ ਫਿਰ ਮੈਂ ਆਪਣਾ ਕੋਰਟ ਦੇ ਵਿੱਚ ਆਪਣਾ ਕੇਸ ਲਾਇਆ, ਆਪਣੇ ਵਕੀਲ ਤੋਂ ਮੇਰੇ ਨੋਟਿਸ ਭਿਜਵਾਇਆ ਮੇਰੇ ਫਾਦਰ ਨੂੰ, ਅਤੇ ਜਦੋਂ ਵੀ ਨੋਟਿਸ ਪਹੁੰਚਿਆ ਮੇਰੇ ਫਾਦਰ ਕੋਲ ਉਸ ਤੋਂ 4-5 ਦਿਨ ਬਾਅਦ ਹੀ ਮੇਰੇ ਫਾਦਰ ਜਿੱਥੇ ਮੈਂ ਡੇਰਾ ਬਸੀ ਕਿਰਾਏ 'ਤੇ ਰਹਿ ਰਿਹਾ ਉੱਥੇ ਆ ਗਏ ਮੇਰੇ ਕੋਲ। ਉੱਥੇ ਆ ਕੇ ਹੱਥ ਪੈਰ ਜੋੜਨ ਲੱਗ ਗਏ ਵੀ ਤੂੰ ਕੋਰਟ ਕਚਹਿਰੀਆਂ ਚੱਕਰਾਂ 'ਚ ਨਾ ਪੈ, ਆਪਾਂ ਘਰ ਬੈਠ ਕੇ ਮਸਲਾ ਹੱਲ ਕਰ ਲਾਂਗੇ। ਮੈਂ ਤੁਹਾਡੇ ਪਾ ਕੋਈ ਐਸਾ ਪ੍ਰੂਫ ਹੈ ਵੀ ਜਿਸਮਾਂ ਜ਼ਾਹਿਰ ਹੁੰਦਾ ਵੀ ਉਹ ਤੁਹਾਡੇ ਕੋਲ ਆਏ ਆ ਤੁਹਾਡੀ ਮਿੰਤਾ ਕਰੀ? ਹਾਂਜੀ, ਮੇਰੇ ਫਾਦਰ ਜਦੋਂ ਮੇਰੀ ਵਾਈਫ ਨੂੰ ਅਤੇ ਮੇਰੇ ਬੇਟੇ ਨੂੰ ਲੈ ਕੇ ਗਏ ਹਾਂ, ਅਸੀਂ ਉਹਨਾਂ ਦੀ ਰਿਕਾਰਡਿੰਗ ਕਰੀ ਆ, ਉਹਦੇ ਵਿੱਚ ਬੋਲ ਰਹੇ ਹਾਂ ਵੀ ਹਾਂ ਅੱਜ ਤੋਂ ਮੇਰੀ ਜ਼ਿੰਮੇਦਾਰੀ ਨੇ ਦੋਨੋਂ, ਅਤੇ ਇਹਨਾਂ ਦੇ ਜੋ ਵੀ ਹੈ ਕਿਸੇ ਵੀ ਪ੍ਰਕਾਰ ਦਾ ਹਰਜੇ ਮਰਜੇ ਜ਼ਿੰਮੇਵਾਰ ਮੈਂ ਹੋਵਾਂਗਾ, ਇਹਨਾਂ ਆਪਣੀ ਪ੍ਰੋਪਰਟੀ 'ਚੋਂ ਵੀ ਮੈਂ ਸਹਿਜ ਨੂੰ ਹਿੱਸਾ ਦੇਵਾਂਗਾ। ਜੋ ਮੈਂ ਥੋੜ੍ਹੀ ਜੀ ਗੱਲ ਰੋਕ ਰਿਹਾ ਤੁਹਾਡੀ, ਮਤਲਬ ਜਦੋਂ ਤੁਹਾਡੇ ਨਾਲ ਮਤਲਬ ਐਗਰੀ ਹੋ ਰਹੇ ਸੀ ਤੁਹਾਨੂੰ, ਮਤਲਬ ਤੁਹਾਡੇ ਮਨ 'ਚ ਸੀਗਾ ਕੁਛ ਵੀ ਜਿਸ ਕਰਕੇ ਤੁਹਾਨੂੰ ਵੀਡੀਓ ਬਣਾਈ ਹੈ ਵੀ ਆ ਤੁਸੀਂ ਹੁਣ ਆਪਣੇ ਫਾਦਰ ਸਾਹਿਬ ਦੇ ਨੇਚਰ ਤੋਂ ਵਾਕਫ ਹੋ ਵੀ ਹਾਂ ਵੀ ਉਹ ਅੱਗੇ ਆ ਕੇ ਇਨ ਫਿਊਚਰ ਇਹ ਚੀਜ਼ ਕਰ ਸਕਦੇ ਹਾਂ? ਹਾਂ ਸਰ, ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸ ਚੁੱਕਿਆ ਜੀ ਵੀ ਮੇਰੀ ਵਾਈਫ ਦੇ ਨਾਲ ਜਿਹੜਾ ਅਤੇ ਮੇਰੇ ਨਾਲ ਉਹਨਾਂ ਨੇ ਕੀਤਾ, ਉਸ ਤੋਂ ਸਾਨੂੰ ਪਤਾ ਲੱਗ ਗਿਆ ਸੀਗਾ, ਪਹਿਲਾਂ ਉਹਨੇ ਸਾਨੂੰ ਆਪਾਂ ਨੂੰ ਘਰੋਂ ਰੋਟੀ ਅਲੱਗ ਕਰਤੀ ਸਾਡੀ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਨੋਰ ਭੇਜਤਾ, ਫਿਰ ਸਨੋਰ ਤੋਂ ਵੀ ਸਾਨੂੰ ਉੱਥੋਂ ਧੱਕੇ ਮਾਰ ਕੇ ਕੱਢਤਾ, ਤਾਂ ਉਸ ਬੰਦੇ ਦਾ ਅਸੀਂ ਕੀ ਵਿਸ਼ਵਾਸ ਕਰੀਏ ਵੀ ਕੱਲ੍ਹ ਨੂੰ ਫਿਰ ਨਹੀਂ ਮੁੱਕਰੇਗਾ ਆਪਣੀ ਜਵਾਨ ਤੋਂ। ਠੀਕ ਹੈ, ਅਤੇ ਇੱਕ ਜਿਹੜਾ ਬ੍ਰਦਰ ਇਨ ਲੋ ਦਾ ਨਾਮ ਦੱਸਿਆ ਜਾ, ਉਹਨਾਂ ਦਾ ਨਾਮ ਕੀ ਹੈ? ਹਾਂਜੀ, ਮੇਰੇ ਆਪਣਾ ਛੋਟੀ ਸਿਸਟਰ ਹੈ ਜੀ ਸੰਧਿਆ, ਉਹਦੀ ਮੈਰਿਜ ਹੋਈ ਜੀ ਸੁਮਿਤ ਨਾਲ, ਅਤੇ ਜਿਸ ਆਪਣਾ ਸੁਮਿਤ ਹੈ ਜੀ ਉਹ ਮੁੰਡਾ ਮੇਰੇ ਖਿਆਲ ਅੰਬਾਲੇ ਸਾਈਡ ਦਾ ਕਿਤੇ, ਈਵਨ ਕਿ ਮੇਰੇ ਜਦੋਂ ਛੋਟੀ ਸਿਸਟਰ ਦੀ ਮੈਰਿਜ ਹੋਈ ਹੈ ਉੱਥੇ ਵੀ ਸਮ ਵੀ ਸਾਨੂੰ ਬੁਲਾਇਆ ਨਹੀਂ ਗਿਆ ਹੈਗਾ। ਹੋਰ ਦੱਸੋ, ਇੱਕੋ ਇੱਕ ਭਾਈ ਹਾਂ ਜਦੋਂ ਕਿ ਮੈਂ ਉਹਦਾ। ਅਤੇ ਮਤਲਬ ਉਹ ਵੀ ਉਸ ਦਿਨ ਘਰ ਹੀ ਆਏ ਹੋਏ ਸੀਗੇ ਜਿਸ ਦਿਨ, ਮਤਲਬ ਕਿ ਜਿਵੇਂ ਕਿ ਕਿਹਾ ਜਾ ਰਿਹਾ ਜਿਵੇਂ ਤੁਹਾਡੇ ਪੜੋਸ ਵਾਲੇ ਕਹਿ ਰਹੇ ਵੀ ਹਾਂਜੀ ਤੁਹਾਡੇ ਜਵਾਈ ਨੇ ਵੀ ਮਾਰਕੁੱਟ ਕੀਤੀ ਹੈ, ਉਸ ਟਾਈਮ ਪ੍ਰੈਜੈਂਟ ਸੀਗੇ ਉੱਥੇ? ਨਹੀਂ, ਇਹ 'ਚ ਪੜੋਸੀਆਂ ਦਾ ਕੋਈ ਨਹੀਂ ਹੈ ਜੀ। ਐਕਚੁਲੀ ਮੇਰੇ ਫਾਦਰ ਮੇਰੀ ਵਾਈਫ ਦੇ ਨਾਲ ਜਿਹੜਾ ਇੰਸੀਡੈਂਟ ਹੋਇਆ ਜੀ ਉਹ ਗੱਲ ਇੱਦਾਂ ਹੋਈ ਹੈ ਜੀ, ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਵੀਡੀਓ ਮੈਂ ਰਿਕਾਰਡਿੰਗ ਕਰਕੇ ਮੇਰੇ ਰੱਖੀ ਹੋਈ ਸੀ ਆਪਣੇ ਕੋਲ ਜੀ। 2 ਮਹੀਨੇ ਪਹਿਲਾਂ ਮੇਰੇ ਫਾਦਰ ਮੇਰੀ ਵਾਈਫ ਨੂੰ ਲੈ ਕੇ ਇੱਥੇ ਆ ਗਏ ਸੀਗੇ ਅਤੇ ਮੇਰੇ ਬੇਟੇ ਨੂੰ, ਠੀਕ ਹੈ ਜੀ। ਅਤੇ 2 ਮਹੀਨੇ ਬਾਅਦ ਜਦੋਂ ਮੇਰੀ ਵਾਈਫ ਨੇ ਉਹਨਾਂ ਨੂੰ ਕਿਹਾ ਵੀ ਪਾਪਾ ਤੁਸੀਂ ਜਿਸ ਗੱਲ 'ਤੇ ਕਿਹਾ ਸੀ ਵੀ ਮੈਂ ਆਪਣੀ ਰਜਿਸਟਰੀ ਸਹਿਜ ਦੇ ਨਾਮ 'ਤੇ ਲਵਾ ਦਾਂਗਾ ਸਨੋਰ ਵਾਲੇ ਮਕਾਨ ਦੀ, ਤਾਂ ਤੁਸੀਂ ਕਰੋ, ਅਤੇ ਜਦੋਂ ਮੇਰੇ ਵਾਈਫ ਨੇ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਫਿਰ ਉਹਦੇ ਨਾਲ ਵੀ ਇਹੀ ਕੰਮ ਕਰਨਾ ਸ਼ੁਰੂ ਕਰਤਾ, ਉਹਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ, ਉਸ 'ਤੇ ਗਲਤ ਗੱਲ ਬਲੇਮ ਲਾਉਣ ਲੱਗ ਗਏ, ਤੇਰਾ ਮੇਰੇ ਜਵਾਈ ਨਾਲ ਰਿਲੇਸ਼ਨ ਹੈ, ਫਲਾਣਾ ਹੈ, ਟਮਕਾਣਾ, ਹੋਰ ਪਤਾ ਨਹੀਂ ਕੀ, ਮੈਨੂੰ ਵੀ ਇਹਦੇ 'ਚ ਭੜਕਾਉਣ ਦੀ ਕੋਸ਼ਿਸ਼ ਕਰੀ ਉਹਨਾਂ ਨੇ ਫੋਨ ਕਰਕੇ ਇਸ ਬਾਰੇ ਵੀ ਹਾਂ ਵੀ ਤੇਰੀ ਵਾਈਫ ਨੂੰ ਇੱਥੋਂ ਲੈ ਜਾ, ਇਹਦੇ ਗਲਤ ਰਿਲੇਸ਼ਨਸ ਹੈ। ਮੈਂ ਕਿਹਾ ਜੀ ਤੁਸੀਂ ਦੋਨਾਂ ਨੂੰ ਆਹਮਣੇ ਸਾਹਮਣੇ ਬਿਠਾ ਕੇ ਗੱਲ ਕਰੋ ਜਿਹੜੀ ਬਣਦੀ ਹੈ, ਪਤਾ ਲੱਗ ਜੂਗਾ ਕੌਣ ਠੀਕ ਹੈ ਕੌਣ ਗਲਤ ਹੈ। ਮੈਨੂੰ ਤਾਂ ਮੇਰੀ ਵਾਈਫ 'ਤੇ ਭਰੋਸਾ ਹੈ, ਠੀਕ ਹੈ ਜੀ। ਮੈਂ ਤੁਹਾਡੇ ਕਹਿਣ ਦੇ ਉੱਤੇ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰਾਂਗਾ ਜਿਹੜੀ ਤੁਸੀਂ ਚਾਹੁੰਦੇ ਹੋ ਆਪਣੇ ਕਰਵਾਉਣਾ ਮੇਰੇ ਤੋਂ, ਠੀਕ ਹੈ ਜੀ। ਅਤੇ ਜਦੋਂ ਮੇਰੇ ਫਾਦਰ ਨੇ ਇਹ ਚੀਜ਼ ਦੇਖੀ ਵੀ ਹਾਂ ਹੁਣ ਇਹ ਮੇਰੇ ਗੱਲਾਂ 'ਚ ਨਹੀਂ ਆ ਰਿਹਾ, ਤਾਂ ਉਹਨਾਂ ਨੇ ਫਿਰ 2 ਦਿਨ ਪਹਿਲਾਂ ਮੇਰੀ ਵਾਈਫ ਨਾਲ ਰਾਤ ਨੂੰ ਆਈ ਥਿੰਕ 10-11 ਵਜੇ ਕੋਈ ਇੰਸੀਡੈਂਟ ਹੋਏਗਾ, ਹੱਥਾਪਾਈ ਕਰੀ ਆ ਮੇਰੇ ਫਾਦਰ ਯਸ਼ਪਾਲ ਸਿੰਘ ਅਤੇ ਮੇਰਾ ਜਿਹੜਾ ਬ੍ਰਦਰ ਇਨ ਲਾ ਸੁਮਿਤ, ਇਹਨਾਂ ਨੇ ਜੀ ਉਹਦੇ ਨਾਲ ਹੱਥਾਪਾਈ ਕਰੀ ਆ, ਉਹਦਾ ਮੱਥਾ ਦੀਵਾਰ 'ਚ ਮਾਰਿਆ ਇਹਨਾਂ ਨੇ, ਉਹਦੇ ਐਡਾ ਸੋਜਸ ਆ ਗਈ ਸੀ, ਉਹਦੇ ਨਾਲ ਖਿੱਚਾਤਾਨੀ ਹੋਈ ਆ, ਉਹਦਾ ਲੈਪਟੋਪ ਤਾਂ ਖੋਲਿਆ, ਹੋਰ ਵੀ ਸਮਾਨ ਸੀਗਾ ਜਿਹੜਾ ਉੱਥੇ ਪਿਆ ਸੀਗਾ ਉਹ ਵੀ ਨਹੀਂ ਦਿੱਤਾ ਉਹਨਾਂ ਨੇ, ਉਹ ਵੀ ਚੱਕ ਲਿਆ ਉਹਦਾ, ਕੋਈ ਜਵੈਲਰੀ ਸੀਗੀ ਅਤੇ ਬਾਕੀ ਹੋਰ ਸੀਗੇ ਪੈਸੇ ਵਗੈਰਾ ਕੁਛ ਪਰਸ ਸੀਗਾ ਉਹਦਾ, ਉਹ ਵੀ ਉਹਨਾਂ ਨੇ ਉੱਥੇ ਰੱਖ ਲਿਆ ਜੀ ਆਪਣੇ ਕੋਲ। ਅਤੇ ਫਿਰ ਤੁਸੀਂ ਮਤਲਬ ਜਿਸ ਟਾਈਮ ਇਹ ਤੁਹਾਡੇ ਨਾਲ ਵਾਕਿਆ ਹੋਇਆ ਉਸ ਟਾਈਮ ਕੋਈ ਰਿਪੋਰਟ ਵਗੈਰਾ ਕੀਤੀ ਹੈ? ਐਕਚੁਲੀ ਜੀ ਇਹ ਘਟਨਾ ਉਸ ਟਾਈਮ ਹੋਈ ਹੈ ਜਦੋਂ ਮੇਰੀ ਵਾਈਫ ਇਕੱਲੀ ਸੀਗੀ ਜੀ ਇੱਥੇ,
मैंने फाइफ ने मेरी मैंने दसिया बई पापा मेरे फादर यशपाल जी ASI है कोई तो एक होर साइड पर गए ने आपस रब जाने की गेटमेंट करके आए हैं तो आके उन्होंने उस टाइम के उत्ते कोई कार्रवाई नहीं करी कहें तुम सवेरे 10-11 बजे आयो तो उन्होंने मैनू भी कॉल करी कहें काका सवेरे 10-11 बजे पहुँच उत्थे तू कतवाली च मैं क्या जी तुम हूँ क्यों नहीं कार्रवाई कर रहे जी बनती कार्रवाई है करो इस ते कहें नहीं असं सवेरे ही देखा जो हों बनता मैं क्या ठीक है जी तो सवेरे जो असी इन्होंने बुलाया जी बट मैं अपना अपनी वाइफ मतलब थोड़े कहने का मतलब है वो मतलब जीरो ग्राउंड से उस टाइम पुलिस प्रशासन पहुँच चुकी सी फिर भी वो मतलब मार कुट होने के बावजूद तुम उत्थे सीगे नहीं फिर भी उन्होंने कोई अरैसट नहीं पाई कोई अरैसट नहीं की जी कोई कुछ नहीं किया उन्होंने बस वो वार्निंग जी देकर चले गए तो मैं फिर अगले दिन सवेरे आया जी सवेरे मैं अपनी वाइफ लमिंद्रा को अपना रजिंद्रा हॉस्पिटल लैके गया जी उत्थे सारा चैकअप कराया MLR बनाई है MLR की रिपोर्ट लैके मैं थाने गया थाने से जो मैं जाके कहा जी भी हाँ मैं MLR करा के लिया भी बनती कार्रवाई करी जाए मेरे फादर के खिलाफ FIR करी जाए तो उल्टा उत्थे जिहड़े ASI जसवीर सिंह जी हैं तो अपना नछत्र सिंह जी हैं वो सानू ही धमकियां दे रहे हैं कहते अपना कॉम्प्रोमाइज़ कर लो नहीं तो चक के जेल च पा दाँगा मैं थोनू मतलब ये चीज़ वो थोनू कह रहे हैं प्रेशराइज थोनू कर रहे हैं भी या तो कॉम्प्रो करो नहीं तो मतलब थोड़े ही खिलाफ जो की है कार्रवाई कर देंगे हाँ जी वो उल्टा सानू धमकियां दे रहे हैं बी हूँ तुम मीडिया थ्रू प्रशासन तो की चाहते हो मैं यही चाहना जी इस उत्ते बनती कार्रवाई करी जाए जे कार्रवाई करते हैं ये तो ठीक है नहीं इस तो उपर भी SSP DSP जिथे तक होएगा मैं अपनी गुहार लगावगा थैंक यू ASI जसवीर सिंह जसवीर सिंह जी अपना यह जगदीश कलोनी वाला मामला की है जी एक पुनम राणी नाम की औरत है मिति 16/8/16/12 रात करीब 10:30 बजे फोन आया सी कंट्रोल रूम से इन्होंने फोन किया मैं मौके पर गया सी मौके पर जाके इन्हें कहा भी मेरा सहुरा जब मेरा लड़ाई झगड़ा करता है जी कॉल जी उत्थे सी कंट्रोल रूम से किसी ने पुनम रामनी नहीं करी सी नहीं नहीं किसी ने की कंट्रोल रूम तो कर्मचारी साढ़े ने फोन आया सा मौके पर जाके पड़ताल की है मैं पड़ताल करके इन्हों मौके पर बुलाया तो सवेर का टाइम देता से इन्हों 10:30 बजे यह सहुरा जसपाल सिंह होर बंदे आ गए सी ते इन्होंने दोष लाया मैं लड़ाई झगड़ा करता पर जी पूनम राणी है ये आई नहीं है साढ़े को हाजिर ये करीब दोपहर में आई है 12 बजे 12:30 बजे उस तो बाद असीं बुलाते रहे साढ़े को हाजिर नहीं आई इसने लिया के साढ़े को ये सीधी जाके रजिंद्रा हस्पताल दाखिल हो गई इन्हें साढ़े को MLR लिया के दी है ਕਾਰਵਾਈ ਕਰਾਂਗੇ ਬਸ ਜੋ ਵੀ ਹੋਊ ਕਾਰਵਾਈ ਕਰਦਾ ਹਾਂ ਮੁੜ ਕੇ ਲਿਆਵਾਂਗੇ।